किसानां दा संघर्ष लगातार जारी है। केंद्र सरकार दे नाल किसानां दीआं कई मीटिंगां भी हो चुकियां ने, पर इह सारियां मीटिंगां बेनतीजा निकलियां ने, जिस दे चलदे किसानां ने अपना संघर्ष होर भी तेज कर दिता है। पर नाल ही नाल किसानां दे परिवारां दी तारीफ भी करनी पवेगी, क्योंकि उन्हां दी जगह उन्हां दे औरतां घर अते खेतीबाड़ी दा काम काज अपने हत्थां नाल कर रहियां ने। इन्हां तस्वीरां विच तुसीं वेख सकदे हो कि किसानां दीआं घरवालियां खुद ही अपने खेतां विच पानी लगा रहियां हन अते खेतां विच अपने आप ही स्प्रे करन दा काम कर रहियां ने, अते खेतां विच जो भी काम बाकी है ओह नवेड़ रहियां हन अते घर विच ओह अपने पशुआं दी भी सांभ संभाल कर रहियां ने। यह मामला जिला मुक्तसर साहब के हल्के लंबी अते मलोट के पिंड का है। दिल्ली विखे किसान अंदोलन विच संघर्ष लई पुजे किसानां दीआं घरवालियां नाल जदों गलबात की गई तो उन्होंने अपनी प्रतिक्रिया दी। किन्नी उम्र है जी तुहाडी? 60 साल दी जी। भैन जी, तुसीं स्प्रे कर रहे हो खेतां विच, की कहना चाहुंदे हो? असीं जी मोदी ने जिहड़े काले कानून करे ते बंदे साडे घर वाले बच्चे सब उत्थे वी दिल्ली धरना दे रहे आ जी। असीं फिर आप स्प्रे करदे आ, आप ही पशु डंगर सांभदे आ, घर दा काम आया ने वी असीं आप चलावांगे, उत्थे डटे रहो ਵੀ ਜਿਹੜੇ ਵੀ ਇਹ ਕਾਲੇ ਕਾਨੂੰਨ 3 ਬਿੱਲ ਵਾਪਸ ਲੈਣੇ ਆ ਵੀ ਕਿੰਨਾ ਵੀ ਸਾਨੂੰ ਤੰਗੀ ਆ ਜਾਏ ਵੀ ਅਸੀਂ ਤੁਹਾਨੂੰ ਰਾਸ਼ਨ ਪਾਣੀ ਵੀ ਪਜਾਵਾਂਗੇ ਤੇ ਵੀ ਉੱਥੇ ਵਾਪਸ ਲੈਣੇ ਆ ਅਸੀਂ। ਤੁਹਾਨੂੰ ਲੱਗਦਾ ਮੋਦੀ ਸਰਕਾਰ ਵਾਪਸ ਲਏਗੀ? ਤੇ ਜੀ ਜੀ ਅਸੀਂ ਲਵਾਂਗੇ ਜੀ। ਭੈਣ ਜੀ, ਤੁਸੀਂ ਸਬਜ਼ੀਆਂ ਲਗਾ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਬਜ਼ੀ ਇਸ ਲਈ ਲਗਾ ਰਹੇ ਹਾਂ ਕਿਉਂਕਿ ਸਾਡੇ ਹਸਬੈਂਡ ਹੈ ਦਿੱਲੀ ਚਲੇ ਗਏ ਹੋਏ ਆ ਜੀ, ਸਾਡੇ ਕੋਲ 8 ਕਿੱਲੇ ਜ਼ਮੀਨ ਦੇ ਆ, ਮਤਲਬ ਕਿ ਉਹਨਾਂ ਦੇ ਉੱਥੇ ਜਾਣ ਨਾਲ ਸਾਨੂੰ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਖੁਦ ਨੂੰ ਕਰਨਾ ਪੈ ਰਿਹਾ, ਬਿਕੋਜ਼ ਉਹ ਵੀ ਮੋਦੀ ਦੀ ਵਜ੍ਹਾ ਨਾਲ। ਮੋਦੀ ਨੇ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਆ ਅਸੀਂ ਉਹ ਵਾਪਸ ਲੈਣਾ ਚਾਹੁੰਦੇ ਹਾਂ। ਮੋਦੀ ਨੂੰ ਐਂ ਲੱਗਦਾ ਸੀਗਾ ਵੀ ਕਿਤੇ ਪੰਜਾਬ ਦੇ ਕਿਸਾਨ ਆ ਜਿਹੜੇ ਇੱਕ ਦੋ ਜਗ੍ਹਾ 'ਤੇ ਧਰਨੇ ਲਾ ਕੇ ਹਟ ਜਾਣਗੇ, ਪਰ ਨਹੀਂ, ਇਹ ਨਹੀਂ ਹੋ ਸਕਿਆ ਕਿਉਂਕਿ ਸਾਨੂੰ ਫੋਰਨ ਕੰਟਰੀ ਤੋਂ ਅਤੇ ਸਾਰੇ ਪਾਸੇ ਬਹੁਤ ਜ਼ਿਆਦਾ ਸਮਰਥਨ ਆ ਰਿਹਾ ਗਾ। ਮੋਦੀ ਆਪ ਤਾਂ ਛੜਾ ਸੀਗਾ ਹੀ ਸੀਗਾ ਅਤੇ ਦੂਜਿਆਂ ਨੂੰ ਵੀ ਉਹਨੇ ਮਤਲਬ ਕੰਗਾਲ ਕਰਕੇ ਰੱਖਤਾ। ਸੋ ਸਾਡੀ ਇਹੀ ਬੇਨਤੀ ਆ ਵੀ ਸਾਡੇ ਜਿਹੜੇ ਕਾਲੇ ਕਾਨੂੰਨ ਆ ਉਹ ਵਾਪਸ ਲਿੱਤੇ ਜਾਣ। ਹੁਣ ਸਬਜ਼ੀਆਂ ਲਾਉਂਦੇ ਹਾਂ, ਪਾਣੀ ਲਾਉਂਦੇ ਹਾਂ ਜੀ, ਵੱਟਾਂ ਪਾਉਂਦੇ ਹਾਂ, ਸਾਰੇ ਕੰਮ ਆਪ ਨੂੰ ਕਰਨੇ ਪੈ ਰਹੇ ਜੀ, ਪੱਠੇ ਵੱਢਣੇ, ਪਸ਼ੂ ਸਾਂਭਣੇ, ਜਿਹੜੇ ਬੱਚਿਆਂ ਦੀ ਪੜ੍ਹਾਈ, ਸਾਰਾ ਕੰਮ ਆਪ ਨੂੰ ਕਰਨਾ ਪੈ ਰਿਹਾ ਜੀ। ਤੁਹਾਨੂੰ ਕੀ ਮੁਸ਼ਕਲਾਂ ਆ ਰਹੀਆਂ ਕਿਸੇ ਤਰ੍ਹਾਂ ਦੀ? ਇਸੇ ਤਰ੍ਹਾਂ ਵੀ ਸਾਂਭ ਸੰਭਾਲ ਤਾਂ ਆ ਹੀ ਰਹੀਆਂ ਜੀ। ਮਾਤਾ ਜੀ, ਤੁਸੀਂ ਨਰਮਾ ਗੁੱਡ ਰਹੇ ਹੋ, ਕੀ ਕਹਿਣਾ ਜੀ? ਉਮਰ ਕਿੰਨੀ ਹੈ ਤੁਹਾਡੀ ਨਾਲ? 80 ਸਾਲ ਦੀ ਹੈ ਜੀ ਉਮਰ ਤਾਂ। ਅੱਛਾ, ਮਾਤਾ ਨਰਮਾ ਗੁੱਡ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਕੀ ਕਰੀਏ ਜੀ, ਫਿਰ ਪਰਿਵਾਰ ਸਾਰਾ ਬਾਹਰ ਗਿਆ ਹੋਇਆ ਹੁਣ, ਆਪ ਨੂੰ ਫਿਰ ਇਹ ਕੰਮ ਸੰਭਾਲਣਾ ਪਏਗਾ, ਹੁਣ ਮਗਰੋਂ ਖਰਾਬ ਹੋ ਜਾਏਗਾ। ਪਸ਼ੂਆਂ ਨੂੰ ਵੀ ਸਾਂਭਦੇ ਹਾਂ, ਖੇਤੀ ਦਾ ਵੀ ਸਾਂਭਦੇ ਹਾਂ ਜੀ, ਸਾਰਾ ਕਾਰੋਬਾਰੀ ਸਾਂਭਦੇ ਹਾਂ। 3 ਮਹੀਨੇ ਹੋ ਗਏ ਸਾਨੂੰ ਹੈਰਾਨ ਹੋਈ ਜਾਂਦੇ ਨੇ, ਜਿਹੜਾ ਉਹਨੇ ਕਾਲੇ ਕਾਨੂੰਨ ਪਾਸ ਕੀਤੇ ਆ ਇਹ ਰੱਦ ਕਰਾਉਣ ਦੀ ਖਾਤਰ ਗਏ ਆ ਜੀ, ਹੁਣ ਵਾਪਸ ਉਹਦੀ ਮੁੜਨਗੇ ਜਦੋਂ ਕਰੂਗਾ ਉਹ। ਆਪ ਨੂੰ ਤਾਂ ਉਹਨੂੰ ਕੋਈ ਕਿਸੇ 'ਤੇ ਚੱਜ ਹੈ ਹੀ ਨਹੀਂ, ਫਸਲਾਂ ਬੀਜਣ ਦਾ ਉਹਨੂੰ ਨਹੀਂ ਪਤਾ, ਵੱਢਣ ਦਾ ਉਹਨੂੰ ਨਹੀਂ ਪਤਾ, ਉਹ ਤਾਂ ਚਾਹ ਕਰਦਾ ਹੁੰਦਾ ਸੀਗਾ, ਚਾਹ ਕਰਨ ਦਾ ਚੱਜ ਹੈ ਇੱਕ, ਉਹਨੂੰ ਹੋਰ ਕੋਈ ਕਿਸੇ ਦਾ ਹੀ ਨਹੀਂ। ਉੱਥੇ ਹੀ ਉਹਨਾਂ ਕਿਹਾ ਕਿ ਸਾਡੇ ਪਤੀ ਤਾਂ ਦਿੱਲੀ ਵਿੱਚ ਕਿਸਾਨ ਅੰਦੋਲਨ ਤੇ ਗਏ ਹੋਏ ਨੇ ਅਤੇ ਅਸੀਂ ਉਹਨਾਂ ਦੀ ਜਗ੍ਹਾ ਤੇ ਆਪਣੇ ਖੇਤਾਂ ਵਿੱਚ ਉਹਨਾਂ ਦਾ ਅਧੂਰਾ ਪਿਆ ਕੰਮ ਪੂਰਾ ਕਰ ਰਹੀਆਂ ਹਾਂ ਤੇ ਜਦੋਂ ਤੱਕ ਉਹ ਵਾਪਸ ਨਹੀਂ ਆਉਂਦੇ ਅਸੀਂ ਖੇਤੀਬਾੜੀ ਦਾ ਕੰਮ ਪੂਰੀ ਮਿਹਨਤ ਨਾਲ ਕਰਾਂਗੇ। ਬਿਊਰੋ ਰਿਪੋਰਟ, ਸਕਾਈ ਨਿਊਜ਼, ਪੰਜਾਬ।